ਕਸਬਾ ਹੰਬੜਾਂ ਵਿਖੇ ਦੇਸ਼ ਦੀ ਮਸ਼ਹੂਰ ਵਰਾਈਟ ਸਟਾਰ ਕੰਪਨੀ ਦੇ ਵਿੱਚ ਵਿਸਾਖੀ ਦਾ ਦਿਹਾੜਾ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਦੇ ਉੱਤੇ ਸੱਤਿਆ ਭਾਰਤੀ ਮਿਡਲ ਸਕੂਲ ਅਤੇ ਵਰਾਈਟ ਸਟਾਰ ਦੇ ਮੁਲਾਜ਼ਮਾਂ ਦੇ ਵੱਲੋਂ ਕੰਪਨੀ ਅਧਿਕਾਰੀ GM ਸ਼੍ਰੀ ਰਾਜੇਸ਼ ਗੁਪਤਾ ਦੀ ਅਗਵਾਈ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ ਮੁਟਿਆਰਾਂ ਨੇ ਗਿੱਧੇ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ। ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ MD ਸ਼੍ਰੀ ਸੰਜੀਵ ਛਾਬੜਾ, ਕਾਂਗਰਸ ਦੇ ਸੂਬਾਈ ਆਗੂ ਮਨਜੀਤ ਸਿੰਘ ਹੰਬੜਾ, ਸਰਪੰਚ ਰਣਜੋਤ ਸਿੰਘ ਜੱਗਾ ਤੇ GM ਸ਼੍ਰੀ ਰਾਜੇਸ਼ ਗੁਪਤਾ ਦੇ ਸਮੇਤ 62 ਇੰਟਰਲੋਕ ਟਾਈਲ ਕੰਪਨੀ ਦੇ MD ਗੁਰਚਰਨ ਸਿੰਘ 62, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ ਆਦਿ ਪਦਵੰਤੇ ਹਾਜ਼ਰ ਸਨ। ਇਸ ਮੌਕੇ ਦੇ ਉੱਤੇ ਬ੍ਰਾਈਟ ਸਟਾਰ ਦੇ MD ਸ਼੍ਰੀ ਰਾਜੀਵ ਛਾਬੜਾ ਨੇ ਸੰਬੋਧਨ ਦੇ ਵਿੱਚ ਵਿਸਾਖੀ ਦੇ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ ਹੈ ਅਤੇ ਹੰਬੜਾ ਨਗਰ ਦੇ ਵਿਕਾਸ ਕਾਰਜਾਂ ਦੇ ਲਈ ਨਕਦ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਹੈ। ਕਾਂਗਰਸ ਦੇ ਸੂਬਾਈ ਆਗੂ ਮਨਜੀਤ ਸਿੰਘ ਹੰਬੜਾ ਅਤੇ ਸਰਪੰਚ ਰਣਜੋਤ ਸਿੰਘ ਜੱਗਾ ਨੇ ਉਕਤ ਕੰਪਨੀ ਦੇ ਵੱਲੋਂ ਹੰਬੜਾ ਨਗਰ ਦੇ ਵਿਕਾਸ ਕਾਰਜਾਂ ਦੇ ਵਿੱਚ ਪਾਏ ਜਾ ਰਹੇ ਯੋਗਦਾਨ ਦੇ ਲਈ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕੀਤਾ ਹੈ। ਅੱਜ ਅਸੀਂ ਆਪਣਾ ਬ੍ਰਾਈਟ ਸਟਾਰ ਦਾ 32ਵਾਂ ਸਾਲਾਨਾ ਦਿਵਸ ਮਨਾ ਰਹੇ ਹਾਂ ਜੀ। ਵਿਸਾਖੀ ਦੇ ਇਸ ਮੌਕੇ 'ਤੇ ਆਪਣੀ ਸੀਨੀਅਰ ਟੀਮ, ਸਾਡੀ ਲੀਡਰਸ਼ਿਪ ਟੀਮ ਸਾਰੀ, ਮਿਸਟਰ ਸੰਜੀਵ ਛਾਬੜਾ MD ਅਤੇ ਉਹਨਾਂ ਦੇ ਨਾਲ ਸਾਰੇ ਸਾਥੀ ਆਏ ਹਨ ਅਤੇ ਉਹਨਾਂ ਦੇ ਨਾਲ ਹੀ ਸਾਡੇ ਹੰਬੜਾ ਪਿੰਡ ਦੇ ਮੇਨ ਸਤਿਕਾਰਯੋਗ ਸਾਥੀ ਸਰਦਾਰ ਮਨਜੀਤ ਸਿੰਘ, ਬਲਵੀਰ ਸਿੰਘ, ਜਗਦੀਸ਼ ਗਿੱਲ ਔਰ ਸਰਪੰਚ ਰਣਜੋਤ ਸਿੰਘ ਜੀ ਵੀ ਸਾਡੇ ਇਸ ਮੌਕੇ ਸ਼ਾਮਿਲ ਹੋਏ। ਬੜੀ ਖੁਸ਼ੀ ਦੀ ਗੱਲ ਹੈ। ਅਸੀਂ ਹਰ ਸਾਲ ਦੀ ਤਰ੍ਹਾਂ ਇਸ ਫੈਕਟਰੀ ਵੱਲੋਂ ਆਪਣੇ ਕੰਨਿਓ ਵਿਲੇਜ ਦੀ ਤਰੱਕੀ ਵਾਸਤੇ ਆਪਣੇ ਕੰਨਿਓ 1,00,000 ਰੁਪਏ ਦਾ ਸਹਿਯੋਗ ਅਤੇ ਗੁਰਦੁਆਰਾ ਸਾਹਿਬ ਅਤੇ ਮੰਦਰ ਕਮੇਟੀ ਨੂੰ 25,000 ਦਾ ਸਹਿਯੋਗ ਦੇਣ ਦੀ ਘੋਸ਼ਣਾ ਕੀਤੀ ਹੈ ਅਤੇ ਅਸੀਂ ਇਹ ਰਾਸ਼ੀ ਹਰ ਸਾਲ ਦੀ ਤਰ੍ਹਾਂ ਦੀਵਾਲੀ ਦੇ ਮੌਕੇ 'ਤੇ ਉਹਨਾਂ ਨੂੰ ਦਿੱਤੀ ਜਾਂਦੀ। ਹੰਬੜਾਂ ਤੋਂ ਮਨਜੀਤ ਚੱਕ ਦੀ ਰਿਪੋਰਟ।